सो शरण ਤੁਸੀਂ ਨਹੀਂ ਸੋਚਿਆ ਸੀ ਕਿ ਤੁਸੀਂ ਇਸ ਇੰਡਸਟਰੀ ਦਾ ਹਿੱਸਾ ਬਣਨਾ? ਕਈ ਵਾਰੀ ਨਾ ਅਸੀਂ ਜਿਹੜੀ ਚੀਜ਼ ਤੋਂ ਬੜਾ ਦੂਰ ਭੱਜਦੇ ਆ ਨਾ, ਰੱਬ ਤੁਹਾਨੂੰ ਕਮਾ ਕੇ ਉਹਦੇ ਸਾਹਮਣੇ ਖੜਾ ਕਰ ਦਿੰਦਾ ਹੈ। ਪਰ ਜਦੋਂ ਦਾ ਮੈਂ ਇਸ ਲਾਈਨ 'ਚ ਆਈ ਹਾਂ, ਮੇਰਾ ਦਿਲ, ਜਾਨ, ਮਨ, ਮਤਲਬ 1% ਨਹੀਂ, ਸਿਰਫ ਮੇਰਾ ਆਹੀ ਆ। ਮੇਰਾ ਇਨਸਾਨ ਅਫਕੋਰਸ ਕਿਤੇ ਨਾ ਕਿਤੇ ਇੱਥੋਂ ਤੱਕ ਪਹੁੰਚਣ ਲਈ ਮੇਰੇ ਪਿੱਛੇ ਕੋਈ ਨਾ ਕੋਈ ਹੁੰਦਾ ਹੈ, ਬਟ ਜ਼ਰੀਆ ਇਨਸਾਨ ਹੀ ਹੁੰਦਾ ਹੈ। ਬਟ ਮੈਂ ਰੱਬ ਦੇ ਉੱਤੇ ਬਹੁਤ ਯਕੀਨ ਕਰਦੀ ਹਾਂ। ਉਤਾਰ ਚੜਾਵ ਲਾਈਫ 'ਚ ਆਉਣੇ ਬਹੁਤ ਜ਼ਰੂਰੀ ਨੇ, ਪਰ ਉਹਨਾਂ ਦਾ ਸਾਹਮਣਾ ਕਰਨਾ ਆਉਣਾ ਤੁਹਾਨੂੰ ਆਉਣਾ ਚਾਹੀਦਾ। ਕਿ ਪਤਾ ਕਿਉਂ ਨਹੀਂ ਕਰ ਸਕਦੇ? ਬਿਕੋਜ਼ ਉਹ ਸਿਰਫ ਸੋਚਦੇ ਹੀ ਰਹਿ ਜਾਂਦੇ ਆ। ਇਟ ਐਵਰੀਥਿੰਗ ਇਜ਼ ਪੋਸੀਬਲ ਅਗਰ ਤੁਸੀਂ 100% ਉਸ ਚੀਜ਼ ਨੂੰ ਫੋਕਸਡ ਹੋ ਅਤੇ ਮਿਹਨਤ ਕਰਦੇ ਹੋ। ਰੱਬ ਵੀ ਕਹਿੰਦਾ ਥੱਲੇ ਆ ਕੇ ਦਊਗਾ, ਐਂਡ ਆਈ ਬਿਲੀਵ ਔਰ ਆਈ ਟਰੱਸਟ ਔਰ ਇਹ ਸੱਚ ਆ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ। ਮੈਂ ਜਸਵਿੰਦਰ ਕੌਰ ਔਰ ਤੁਸੀਂ ਦੇਖ ਰਹੇ ਹੋ ਫਨਫਲਿਕਸ। 22 ਮਾਰਚ ਨੂੰ ਫਿਲਮ ਰਿਲੀਜ਼ ਹੋਣੀ ਸੀ ਸੰਗਰਾਂਦ। ਇਸਦਾ ਜਦੋਂ ਤੁਸੀਂ ਟ੍ਰੇਲਰ ਵੇਖਿਆ ਹੋਵੇਗਾ ਤਾਂ ਟ੍ਰੇਲਰ ਨੂੰ ਵੇਖਣ ਤੋਂ ਬਾਅਦ ਇਹ ਜ਼ਰੂਰ ਸੋਚਿਆ ਹੋਵੇਗਾ ਕਿ ਕਰੈਕਟਰਸ ਦੀ ਫਿਲਮ ਹੈ, ਖਾਸ ਕਰ ਕਹਾਣੀ ਜੋ ਸ਼ਾਇਦ ਇੱਕ ਐਕਟਰ ਨੂੰ ਵੀ ਫਿਲਮ ਲਈ ਹਾਂ ਕਰਨ ਦੇ ਵਿੱਚ ਸਭ ਤੋਂ ਅਹਿਮ ਰੋਲ ਨਿਭਾਉਂਦੀ ਹੈ। ਫਿਲਮ ਦੀ ਕਹਾਣੀ ਬੇਹੱਦ ਦਮਦਾਰ ਹੈ। ਫਿਲਮ ਦੇ ਵਿੱਚ ਬਹੁਤ ਹੀ ਪ੍ਰੀਟੀਐਸਟ ਕਰੈਕਟਰ ਪਲੇਅ ਕਰਨ ਵਾਲੇ ਹਰਸ਼ਰਨ ਕੌਰ, ਜੋ ਇਸ ਸਮੇਂ ਪੰਜਾਬੀ ਸਿਨੇਮਾ ਦੇ ਵਿੱਚ ਕਾਫੀ ਸਰਗਰਮ ਨਜ਼ਰ ਆ ਰਹੇ ਹੈ, ਕਿਉਂਕਿ ਸ਼ਾਇਦ ਉਹ ਡਿਜ਼ਰਵ ਕਰਦੇ ਆ। ਗੱਲਬਾਤ ਕਰ ਲੈਂਦੇ ਹਾਂ ਉਹਨਾਂ ਨਾਲ। ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸ਼ਰਨ ਕੌਰ ਔਰ ਯੈਸ, ਮੈਂ ਬਹੁਤ ਖੁਸ਼ ਹਾਂ ਸੰਗਰਾਂਦ ਮੂਵੀ ਦਾ ਹਿੱਸਾ ਬਣ ਕੇ, ਕਿਉਂਕਿ ਇੱਥੇ ਇੱਕ ਆਪਣੇ ਸੱਭਿਆਚਾਰ ਬਾਰੇ ਗੱਲ ਕੀਤੀ ਹੈ। ਇੱਕ ਜੋ ਲਾਈਕ ਸੰਗਰਾਂਦ ਦਾ ਮਤਲਬ, ਆਪਣੇ ਦੇਸੀ ਮਹੀਨਿਆਂ ਦਾ ਕੀ ਮਤਲਬ, ਉਹਨਾਂ ਦੀ ਅਹਿਮੀਅਤ ਕੀ ਹੁੰਦੀ ਆ, ਜਿਹੜੀਆਂ ਰੁੱਤਾਂ ਬਦਲਦੀਆਂ ਨੇ, ਜੋ ਅਸੀਂ ਨੇਚਰ ਨੂੰ ਨਹੀਂ ਰੋਕ ਸਕਦੇ ਅਤੇ ਇਨਸਾਨ ਦੀ ਜ਼ਿੰਦਗੀ ਨੂੰ ਕਿੱਦਾਂ ਰੋਕਾਂਗੇ। ਉਤਾਰ ਚੜਾਵ ਲਾਈਫ 'ਚ ਆਉਣੇ ਬਹੁਤ ਜ਼ਰੂਰੀ ਨੇ, ਪਰ ਉਹਨਾਂ ਦਾ ਸਾਹਮਣਾ ਕਰਨਾ ਆਉਣਾ ਤੁਹਾਨੂੰ ਆਉਣਾ ਚਾਹੀਦਾ, ਫਿਰ ਉਸ ਤੋਂ ਬਾਅਦ ਖੁਸ਼ੀਆਂ ਹੀ ਖੁਸ਼ੀਆਂ ਹੈ। ਸੋ ਫੁੱਲ ਔਨ ਐਕਸ਼ਨ ਹੈ, ਬਹੁਤ ਸਾਰਾ ਰੋਮੈਂਸ ਹੈ, ਰਿਸ਼ਤਿਆਂ ਦੀ ਵੈਲਿਊ ਬਾਰੇ ਗੱਲ ਕੀਤੀ ਹੈ। ਸਾਡੀ ਪੂਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ। ਸੋ ਮੈਂ ਉਮੀਦ ਕਰਦੀ ਹਾਂ ਤੁਹਾਨੂੰ ਵੀ ਵਧੀਆ ਲੱਗੀ ਹੋਊਗੀ ਤੁਸੀਂ ਮੂਵੀ ਦੇਖੀ, ਅਤੇ ਸਾਡੀ ਆਡੀਅੰਸ ਜਿਨ੍ਹਾਂ ਨੇ ਹਾਲੇ ਤੱਕ ਨਹੀਂ ਦੇਖੀ, ਪਲੀਜ਼ ਆਪਣੇ ਨੇੜਲੇ ਥੀਏਟਰਸ ਵਿੱਚ ਜਾ ਕੇ ਜ਼ਰੂਰ ਇੱਕ ਵਾਰੀ ਮੂਵੀ ਦੇਖ ਕੇ ਆਓ। ਫਿਲਮ ਬਾਰੇ ਤੁਸੀਂ ਆਪਣੀ ਗੱਲਬਾਤ ਕਰ ਚੁੱਕੇ ਹੋ, ਹੁਣ ਦੂਸਰੀ ਗੱਲਬਾਤ 'ਤੇ ਆਉਂਦੇ ਹਾਂ ਜੋ ਤੁਹਾਡੇ ਕਰੈਕਟਰ ਦੇ ਵਿੱਚ ਮੈਂ ਫੀਲ ਕੀਤਾ। ਸ਼ਰੀਕ 2 ਔਰ ਇਹ ਵਾਲਾ ਕਰੈਕਟਰ ਮੈਨੂੰ ਸਿਮਿਲਰ ਨਹੀਂ ਮੈਂ ਕਹਿ ਸਕਦੀ, ਲੇਕਿਨ ਸ਼ਾਇਦ ਉਹ ਤੁਹਾਡੀ ਜਿਹੜੀ ਲੁੱਕ ਸੀ ਜਾਂ ਤੁਹਾਡਾ ਉਹ ਕੰਮ ਸੀਗਾ, ਉਹ ਇੰਡਸਟਰੀ ਦੇ ਵਿੱਚ ਇਸ ਕਦਰ ਗਿਆ ਸੀਗਾ ਕਿ ਹਰ ਕਿਸੇ ਨੇ ਚਾਹਿਆ ਸੀਗਾ ਕਿ ਸ਼ਰਨ ਨੂੰ ਇਸ ਤਰ੍ਹਾਂ ਦੇ ਕਰੈਕਟਰਸ ਔਫਰ ਕੀਤੇ ਜਾਣ। ਸੋ ਸ਼ਰਨ, ਤੁਸੀਂ ਨਹੀਂ ਸੋਚਿਆ ਸੀ ਕਿ ਤੁਸੀਂ ਇਸ ਇੰਡਸਟਰੀ ਦਾ ਹਿੱਸਾ ਬਣਨਾ, ਇਹ ਫੈਸਲਾ ਅੱਜ ਤੁਹਾਨੂੰ ਕਿਵੇਂ ਦਾ ਲੱਗਦਾ ਹੈ? ਆਈ ਐਮ ਫੀਲਿੰਗ ਸੋ ਪ੍ਰਾਊਡ, ਬਿਕੋਜ਼ ਕਈ ਵਾਰੀ ਨਾ ਅਸੀਂ ਜਿਹੜੀ ਚੀਜ਼ ਤੋਂ ਬੜਾ ਦੂਰ ਭੱਜਦੇ ਹਾਂ ਨਾ, ਰੱਬ ਤੁਹਾਨੂੰ ਕਮਾ ਕੇ ਉਹਦੇ ਸਾਹਮਣੇ ਖੜਾ ਕਰ ਦਿੰਦਾ ਹੈ। ਔਰ ਸੱਚੀ ਮੈਂ ਆਰਟਿਸਟ ਨਹੀਂ ਸੋਚਿਆ ਸੀ, ਪਰ ਜਦੋਂ ਦਾ ਮੈਂ ਇਸ ਲਾਈਨ 'ਚ ਆਈ ਹਾਂ, ਮੇਰਾ ਦਿਲ, ਜਾਨ, ਮਨ, ਮਤਲਬ 1% ਨਹੀਂ, ਸਿਰਫ ਮੇਰਾ ਆਹੀ ਆ। ਮੇਰਾ ਜੀਣਾ ਮਰਨਾ ਹੁਣ ਮੇਰਾ ਐਜ਼ ਆ ਆਪਣੀ ਆਡੀਅੰਸ ਨੂੰ ਇੰਟਰਟੇਨ ਕਰਨਾ ਹੀ ਹੈ ਬਸ। ਆਪਾਂ ਪਹਿਲਾ ਸਟੈਪ ਲੈਂਦੇ ਹਾਂ ਨਾ, ਉਦੋਂ ਲੱਗਦਾ ਹੈ ਕਿ ਨਵੀਂ ਚੀਜ਼ ਕਰ ਰਹੇ ਹਾਂ, ਇਹਦੇ 'ਚ ਚੰਗਾ ਹੀ ਹੋਊਗਾ, ਅਸੀਂ ਪੋਜ਼ਿਟਿਵ ਸੋਚਦੇ ਹਾਂ। ਪੋਜ਼ਿਟਿਵ ਨੈਗੇਟਿਵ ਦੋਨੋਂ ਚੀਜ਼ਾਂ ਹੁੰਦੀਆਂ, ਲੇਕਿਨ ਰਾਹ ਖੁੱਲਦੇ ਜਾਂਦੇ ਆ। ਸ਼ਾਇਦ ਉਹ ਤੁਸੀਂ ਵੀ ਇੱਕ ਇਗਜ਼ਾਮਪਲ ਹੋ, ਜਿਸਨੇ ਸਿਰਫ ਇੱਕ ਸੌਂਗ ਦੇ ਵਿੱਚ ਅਪੀਅਰੈਂਸ ਕੀਤੀ ਸੀ, ਲੇਕਿਨ ਉਹ ਫਿਲਮਾਂ ਦੇ ਵਿੱਚ ਖਾਸ ਹਿੱਸਾ ਬਣ ਕੇ ਉਭਰੀ ਹੈ, ਜਿੱਥੇ ਬਹੁਤ ਸਾਰੀਆਂ ਕੁੜੀਆਂ ਜਾਣਾ ਚਾਹੁੰਦੀਆਂ। ਸੋ ਤੁਸੀਂ ਆਪਣੇ ਆਪ ਨੂੰ ਖੁਸ਼ਕਿਸਮਤ ਵੀ ਮੰਨਦੇ ਹੋ, ਜਿੱਥੇ ਤੁਸੀਂ ਬੈਠੇ ਹੋ ਬਹੁਤ ਸਾਰੇ ਲੋਕ ਇਸਦੀ ਇੱਛਾ ਕਰਦੇ ਆ। ਯੈਸ, ਕਿਉਂਕਿ ਮੈਨੂੰ ਲੱਗਦਾ ਮੈਨੂੰ ਇਨਸਾਨ ਅਫਕੋਰਸ ਕਿਤੇ ਨਾ ਕਿਤੇ ਇੱਥੋਂ ਤੱਕ ਪਹੁੰਚਣ ਲਈ ਮੇਰੇ ਪਿੱਛੇ ਕੋਈ ਨਾ ਕੋਈ ਹੁੰਦਾ ਹੈ, ਬਟ ਜ਼ਰੀਆ ਇਨਸਾਨ ਹੀ ਹੁੰਦਾ ਹੈ। ਬਟ ਮੈਂ ਰੱਬ ਦੇ ਉੱਤੇ ਬਹੁਤ ਯਕੀਨ ਕਰਦੀ ਹਾਂ। ਮੈਂ ਅੱਜ ਇੱਥੇ ਹਾਂ ਅਤੇ ਸਿਰਫ ਉਹਨਾਂ ਕਰਕੇ, ਬਿਕੋਜ਼ ਉਹ ਹੈਗੇ ਨੇ ਅਤੇ ਸਭ ਕੁਛ ਹੈ। ਮੈਂ ਲੋਕਾਂ ਤੋਂ ਕਦੀ ਨਹੀਂ ਮੰਗਿਆ, ਮੈਂ ਰੱਬ ਤੋਂ ਮੰਗਿਆ ਔਰ ਉਹ ਇਨਸਾਨਾਂ ਦੇ ਥਰੂ ਜਿੱਦਾਂ ਵੀ ਮੈਂ ਇੱਥੋਂ ਤੱਕ ਆਈ ਹਾਂ। ਔਰ ਮੈਂ ਮੈਨੀਫੈਸਟੇਸ਼ਨ ਬਹੁਤ ਸਟਰੋਂਗ ਕਰਦੀ ਹਾਂ, ਤੋ ਮੈਂ ਸੋਚਿਆ ਸੀ ਔਰ ਮੈਂ ਜਿੱਦਾਂ ਸੋਚਿਆ ਹੈ ਮੈਂ ਉਸ ਰਸਤੇ 'ਤੇ ਜਾ ਰਹੀ ਹਾਂ ਸਲੋਲੀ ਸਲੋਲੀ। ਉਹੀ ਜਿੱਦਾਂ ਕਿਹਾ, ਉਤਾਰ ਚੜਾਵ ਆਉਂਦੇ ਰਹਿੰਦੇ ਨੇ, ਬਟ ਹਿੰਮਤ ਨਹੀਂ ਹਾਰਨੀ, ਮੰਜ਼ਿਲ ਤੱਕ ਜ਼ਰੂਰ ਪਹੁੰਚੋਗੇ। ਔਰ ਜੋ ਵੀ ਜਿਹੜੇ ਵੀ ਸੁਪਨੇ, ਕਿਸੇ ਵੀ ਤਰ੍ਹਾਂ ਦਾ ਸੁਪਨਾ ਹੋਵੇ, ਮੈਨੂੰ ਲੱਗਦਾ ਸੱਚੀ ਉਹ 100% ਪੂਰਾ ਜ਼ਰੂਰ ਹੁੰਦਾ ਹੈ, ਬਿਕੋਜ਼ ਮੈਂ ਕੀਤੇ ਆ, ਮਤਲਬ ਮੈਂ ਕਰ ਰਹੀ ਹਾਂ, ਹਜੇ ਹੋਏ ਨਹੀਂ, ਬਟ ਜਿੰਨੇ ਵੀ ਪਰਸੈਂਟ ਮੈਂ ਕਰ ਸਕੀ ਹਾਂ ਨਾ, ਮੈਂ ਕਰ ਰਹੀ ਹਾਂ ਜਸਟ ਬਿਕੋਜ਼ ਆਫ ਤੁਸੀਂ ਮਿਹਨਤ ਕਰੋ, ਆਪਣੇ 'ਤੇ ਭਰੋਸਾ ਰੱਖੋ ਔਰ ਬਸ ਚੱਲਦੇ ਰਹੋ ਔਰ ਜ਼ਰੂਰ ਪੂਰੇ ਹੋਣਗੇ। ਜਦੋਂ ਤੁਹਾਡਾ ਸੈੱਟ 'ਤੇ ਸ਼ੂਟ ਹੋ ਰਿਹਾ, ਤੁਹਾਡਾ ਸੀਨ ਹੈ, ਤੁਸੀਂ ਉਹਦੇ ਵਿੱਚ ਇਨਵੋਲਵ ਹੋ, ਇਟ ਮੀਨਸ
ਜੋ ਕੰਮ ਨੂੰ ਤੁਸੀਂ ਪਿਆਰ ਕਰਦੇ ਹੋ ਕਰ ਰਹੇ ਹੋ, ਲੇਕਿਨ ਉਸ ਤੋਂ ਬਾਅਦ ਉਸਦੇ ਵਿੱਚ ਕੁਛ ਬੋਰੀਅਤ ਆਉਣਾ, ਕੁਛ ਗੈਪਸ ਪੈਣਾ ਉਸੇ ਦਿਨ ਸ਼ੂਟ 'ਤੇ, ਤਾਂ ਹਰਸ਼ਰਨ ਤੁਸੀਂ ਉਹਨਾਂ ਚੀਜ਼ਾਂ ਨੂੰ ਕਿਵੇਂ ਡੀਲ ਕਰਦੇ ਹੋ? ਕਿਉਂਕਿ ਹਰ ਪ੍ਰੋਫੈਸ਼ਨ ਦੇ ਵਿੱਚ ਥੋੜ੍ਹੀ ਉਦਾਸੀ ਹੁੰਦੀ ਹੈ, ਪਰ ਕਹਿੰਦੇ ਕਿ ਉਦਾਸੀ ਬਹੁਤ ਜ਼ਰੂਰੀ ਹੁੰਦੀ ਹੈ, ਸ਼ਾਇਦ ਉਹ ਤੁਹਾਨੂੰ ਜੋ ਸਿਖਾਉਂਦੀ ਹੈ ਕੁਛ ਨਹੀਂ ਸਿਖਾ ਸਕਦਾ। ਸ਼ੂਟ ਦੇ ਟਾਈਮ 'ਤੇ ਮੈਂ ਕਦੀ ਉਦਾਸ ਨਹੀਂ ਹੁੰਦੀ, ਕਿਉਂਕਿ ਮੇਰੀ ਲਾਈਫ ਦਾ ਨਾ ਮੇਰੀ ਸਭ ਤੋਂ ਜਿਹਨੂੰ ਕਹਿੰਦੇ ਕਿ ਖੁਸ਼ ਮੈਂ ਕਦੋਂ ਹੁੰਦੀ ਹਾਂ, ਜਦੋਂ ਮੈਂ ਔਨ ਸੈੱਟ 'ਤੇ ਹੁੰਦੀ ਹਾਂ, ਕਿਉਂਕਿ ਸੱਚੀ ਉਦੋਂ ਮੈਨੂੰ ਕੋਈ ਟੈਨਸ਼ਨ ਨਹੀਂ ਹੁੰਦੀ, ਕਿਸੇ ਵੀ ਚੀਜ਼ ਦੀ ਟੈਨਸ਼ਨ ਨਹੀਂ ਹੁੰਦੀ। ਸਿਰਫ ਮੈਨੂੰ ਹੁੰਦਾ ਕਿ ਮੈਂ ਆਪਣੇ ਸੀਨ ਕਿੱਦਾਂ ਕਰਨੇ, ਮੇਰੀ ਲੁੱਕ ਕਿੱਦਾਂ ਆ ਰਹੀ ਹੈ, ਪਰਫੋਰਮ ਕਿੱਦਾਂ ਕਰਨਾ, ਆਹ ਸਾਰੀਆਂ ਚੀਜ਼ਾਂ ਨਹੀਂ ਹੁੰਦੀਆਂ। ਮੇਰੀ ਲਾਈਫ ਦਾ ਨਾ ਔਨ ਸੈੱਟ ਮੇਰਾ ਬੈਸਟ ਟਾਈਮ ਹੁੰਦਾ ਹੈ, ਪਰ ਸਾਡੇ ਕੰਮ ਇੱਦਾਂ ਦਾ ਹੈ ਜਦੋਂ ਮੂਵੀ ਕਰ ਰਹੇ ਹਾਂ ਆਪਾਂ, ਤਾਂ ਉਦੋਂ ਠੀਕ ਹੈ, ਇਟਸ ਲਾਈਕ ਹਰ ਵਾਰ ਨਵੇਂ ਸਿਰੇ ਤੋਂ ਸ਼ੁਰੂਆਤ ਕਰਨੀ। ਇੱਕ ਕੰਮ ਖਤਮ ਹੋ ਗਿਆ, ਫਿਰ ਵਟ ਨੈਕਸਟ, ਨਵੀਂ ਟੀਮ ਲੱਭਣਾ, ਨਵੇਂ ਆਰਟਿਸਟ ਉਹਨਾਂ ਦੇ ਨਾਲ ਕੰਮ ਕਰਨਾ, ਨਵੀਂ ਸਟੋਰੀ 'ਤੇ ਕੰਮ ਕਰਨਾ, ਮਤਲਬ ਨਵੇਂ ਸਿਰੇ ਤੋਂ ਸ਼ੁਰੂਆਤ ਕਰਨੀ, ਉਹ ਜਿਹੜਾ ਡਿਊਰੇਸ਼ਨ ਟਾਈਮ ਹੁੰਦਾ ਨਾ, ਉਹ ਮੇਰਾ ਬਹੁਤ ਔਖਾ ਹੁੰਦਾ। ਸੋ ਉਹ ਟਾਈਮ ਦੇ ਵਿੱਚ ਆਈ ਮੈਨੀਫੈਸਟ, ਆਈ ਪ੍ਰੇ ਔਰ ਆਈ ਲਰਨ, ਔਰ ਮੈਂ ਆਪਣੇ ਆਪ ਨੂੰ, ਆਪਣੀ ਮਿਸਟੇਕ ਨੂੰ ਸੁਧਾਰਦੀ ਹਾਂ, ਮੈਂ ਸਿੱਖਦੀ ਹਾਂ, ਆਪਣੀ ਕਮੀਆਂ ਨੂੰ ਦੂਰ ਕਰਦੀ ਹਾਂ, ਤਾਂ ਕਿ ਜੇ ਮੈਨੂੰ ਮੌਕਾ ਮਿਲੇ ਤਾਂ ਮੈਂ ਉਹ ਮੌਕਾ ਕਦੀ ਹੱਥੋਂ ਜਾਣ ਨਾ ਦਵਾਂ। ਲਾਸਟ ਕੁਐਸਚਨ ਹੈ ਪਰ ਮੈਂ ਜ਼ਰੂਰ ਪੁੱਛੂੰਗੀ, ਬੇਸ਼ੱਕ ਵੇਟ ਹੋ ਰਿਹਾ। ਐਜ਼ ਅ ਗਰਲ, ਜਦੋਂ ਤੁਸੀਂ ਫਾਈਨੈਂਸ਼ਲੀ ਇੰਡੀਪੈਂਡੈਂਟ ਹੋ ਜਾਂਦੇ ਹੋ, ਸ਼ਾਇਦ ਹਰ ਕੁੜੀ ਦੀ, ਕੁੜੀ ਨੂੰ ਹੋਣਾ ਵੀ ਚਾਹੀਦਾ ਹੈ। ਹਰਸ਼ਰਨ, ਬਹੁਤ ਸਾਰੀਆਂ ਸੁਸਾਇਟੀ ਨੇ ਚੀਜ਼ਾਂ ਸਾਡੇ 'ਤੇ ਕਿਹਾ ਹੁੰਦਾ ਹੈ ਕਿ ਵਿਆਹ ਹੋ ਜਾਣਾ ਚਾਹੀਦਾ ਹੈ, ਇੱਦਾਂ ਇਹ ਟਾਈਮ ਪੀਰੀਅਡ ਸਿਲੈਕਟ ਕੀਤੇ ਹੁੰਦੇ ਆ। ਤੁਹਾਨੂੰ ਲੱਗਦਾ ਤੁਸੀਂ ਸੋਚਦੇ ਹੋਵੋਗੇ ਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਡ੍ਰੀਮਸ ਨੂੰ ਅਚੀਵ ਕਰਨਾ, ਮੈਂ ਇਹ ਚੀਜ਼ਾਂ ਨੂੰ ਬਦਲਣਾ, ਕਿਉਂਕਿ ਹਰ ਕਿਸੇ ਲਈ ਵੱਖਰਾ ਵੱਖਰਾ ਸਮਾਂ ਹੈ? ਆਈ ਥਿੰਕ ਹਰ ਇੱਕ ਦੀ ਲਾਈਫ ਅਲੱਗ ਹੈ, ਜਰਨੀ ਅਲੱਗ ਹੈ, ਉਹਨਾਂ ਦਾ ਅਪਬ੍ਰਿੰਗਿੰਗ ਪ੍ਰੋਸੈਸ ਡਿਫਰੈਂਟ ਹੈਗਾ ਆ। ਬਟ ਮੈਂ ਉਹੀ ਪਹਿਲਾਂ ਵੀ ਕਿਹਾ ਸੀ, ਜੇ ਸੱਚ, ਕਿਉਂਕਿ ਆਈ ਥਿੰਕ 90% ਲੋਕ ਪਤਾ ਕਿਉਂ ਨਹੀਂ ਕਰ ਸਕਦੇ, ਬਿਕੋਜ਼ ਉਹ ਸਿਰਫ ਸੋਚਦੇ ਹੀ ਰਹਿ ਜਾਂਦੇ ਆ, ਉਹਨੂੰ ਐਕਟ ਹੀ ਨਹੀਂ ਕਰਦੇ ਯਾਰ। ਮੈਂ ਲਾਸਟ ਵੀ ਇਸ, ਮੈਨੂੰ ਲੱਗਦਾ ਬਿਕੋਜ਼ ਮੈਨੂੰ ਇੱਕ ਦੋ ਮੇਰੇ ਆਪਣੇ ਰਿਪੋਰਟਰਸ ਨੇ ਕਿਹਾ ਕਿ ਤੁਹਾਨੂੰ ਮੋਟੀਵੇਸ਼ਨਲ ਸਪੀਕਰ ਬਣ ਜਾਣਾ ਚਾਹੀਦਾ, ਔਰ ਦੈਟਸ ਇਨ ਮਾਈ ਵਿਸ਼ ਲਿਸਟ, ਕਿ ਜੇ ਵਾਹਿਗੁਰੂ ਨੇ ਚਾਹਿਆ ਮੈਂ ਇੱਕ ਅੱਧੇ ਪਰਸਨ ਵੀ ਕਿਸੇ ਦੇ ਦਿਮਾਗ 'ਚ ਉਹਨੂੰ ਮੋਟੀਵੇਟ ਕਰਕੇ ਉਹਦੀ ਜ਼ਿੰਦਗੀ ਕੁਛ ਬਦਲ ਜਾਏ, ਤਾਂ ਆਈ ਥਿੰਕ ਆਈ ਐਮ ਸੋ ਹੈਪੀ ਫੋਰ ਦੈਟ। ਯੈ, ਤਾਂ ਮੈਨੂੰ ਹੈਗਾ ਕਿ 90% ਲੋਕ ਤਾਂ ਸੁਪਨੇ ਕਿਉਂ ਨਹੀਂ ਪੂਰੇ ਹੋ ਸਕਦੇ, ਕਿਉਂਕਿ ਉਹ ਸਿਰਫ ਦੇਖਦੇ ਹੀ ਰਹਿੰਦੇ ਆ, ਉਹਨੂੰ ਇੰਪਲੀਮੈਂਟ ਨਹੀਂ ਕਰਦੇ, ਔਰ ਜਿਹੜੇ ਬਾਕੀ 5-7 ਰਹਿੰਦੇ ਆ ਉਹ ਕਰਦੇ ਨੇ, ਉਹ ਜਰਨੀ 'ਚ ਵਿੱਚ ਛੱਡ ਦਿੰਦੇ ਨੇ, 1-2% ਹੀ ਆਪਣੇ ਮੁਕਾਮ ਤੱਕ ਪਹੁੰਚਦੇ ਨੇ ਜੋ ਗਿਵ ਅਪ ਨਹੀਂ ਕਰਦੇ। ਔਰ ਜ਼ਿੰਦਗੀ 'ਚ ਐਵਰੀਥਿੰਗ ਇਜ਼ ਪੋਸੀਬਲ ਅਗਰ ਤੁਸੀਂ 100% ਉਸ ਚੀਜ਼ ਨੂੰ ਫੋਕਸਡ ਹੋ ਅਤੇ ਮਿਹਨਤ ਕਰਦੇ ਹੋ, ਰੱਬ ਵੀ ਕਹਿੰਦਾ ਥੱਲੇ ਆ ਕੇ ਦਊਗਾ, ਐਂਡ ਆਈ ਬਿਲੀਵ ਔਰ ਆਈ ਟਰੱਸਟ ਔਰ ਇਹ ਸੱਚ ਆ। ਥੈਂਕ ਯੂ ਸੋ ਮਚ, ਬੈਸਟ ਵਿਸ਼ਸ। ਥੈਂਕ ਯੂ ਸੋ ਮਚ, ਆਈ ਨੋ ਕਿੰਨੀਆਂ ਸਾਰੀਆਂ ਇੰਟਰਵਿਊਜ਼ ਕਰਨੀਆਂ ਹੁੰਦੀਆਂ, ਸੋਰੀ, ਪਰ ਜਲਦੀ ਮਿਲਾਂਗੇ ਤੁਹਾਡੇ ਨਾਲ। ਔਰ ਸੰਗਰਾਂਦ 22 ਮਾਰਚ ਰਿਲੀਜ਼ ਹੋ ਚੁੱਕੀ ਹੈ, ਸੋ ਗੋ ਐਂਡ ਵਾਚ।